ਤਰਨ ਤਾਰਨ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ, ਜਿਸ ਦੇ ਵਿੱਚ ਰਾਜੂ ਸ਼ੂਟਰ ਨੂੰ ਜਿਹੜਾ ਹੈ ਪੁਲਿਸ ਨੇ ਰਾਊਂਡ ਅਪ ਕੀਤਾ ਹੈ ਔਰ ਇਨਕਾਊਂਟਰ ਜਿਹੜਾ ਸੀ ਕੱਲ ਚੱਲਿਆ ਸੀ। ਦੱਸ ਦਈਏ ਕਿ ਝਬਾਲ ਦੇ ਵਿੱਚ ਇੱਕ ਪਿੰਡ ਸੀ ਜਿੱਥੇ ਰਾਜੂ ਸ਼ੂਟਰ ਔਰ ਉਸਦਾ ਇੱਕ ਸਾਥੀ ਜਿਹੜਾ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਸੀ ਔਰ ਸੀਏ ਸਟਾਫ ਦੀਆਂ ਟੀਮਾਂ ਜਿਹੜੀਆਂ ਸੀ ਕਈ ਚਿਰ ਤੋਂ ਇਸਦੀਆਂ ਭਾਲ ਕਰ ਰਹੀਆਂ ਸੀ ਔਰ ਤਰਨ ਤਾਰਨ ਪੁਲਿਸ ਵੱਲੋਂ ਲਗਾਤਾਰ ਇਸ ਤੇ ਨਜ਼ਰ ਬਣਾਈ ਰੱਖੀ ਹੋਈ ਸੀ। ਜਦ ਇਹ ਕੱਲ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਤਾਂ ਇਸ ਨੂੰ ਜਦੋਂ ਪਿੱਛਾ ਕੀਤਾ ਗਿਆ ਤਾਂ ਇਸ ਵੱਲੋਂ ਜਿਹੜੀ ਆ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਫਾਇਰਿੰਗ ਕਰਦੇ ਹੋਏ ਇਸ ਨੂੰ ਜਿਹੜੀਆਂ ਕਾਬੂ ਕੀਤਾ। ਦੱਸ ਦਈਏ ਕਿ ਰਾਜੂ ਸ਼ੂਟਰ ਤੇ ਜਿਹੜੀ ਆ ਲੱਤ ਦੇ ਵਿੱਚ ਗੋਲੀ ਲੱਗੀ ਆ। ਫਿਲਹਾਲ ਲਗਾਤਾਰ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ ਔਰ ਸਾਡੇ ਨਾਲ ਤਰਨ ਤਾਰਨ ਦੇ SSP ਅਸ਼ਵਨੀ ਕਪੂਰ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਸਾਰਾ ਕੀ ਮਾਮਲਾ ਹੋਇਆ ਸੀ ਔਰ ਜਿਹੜਾ ਇਹ ਸ਼ੂਟਰ ਜਿਹੜਾ ਆਪਣੇ ਹੱਥੇ ਚੜਿਆ? ਦੇਖੋ, ਇਸ 'ਚ ਰਾਜੂ ਸ਼ੂਟਰ ਜਿਹੜਾ ਹੈਗਾ, ਚਰਨਜੀਤ ਸਿੰਘ ਏਲੀਅਸ ਰਾਜੂ ਸ਼ੂਟਰ ਇਹਨੇ ਆਪਣਾ ਇੱਕ ਨਿਕ ਨੇਮ ਜਿਹਾ ਬਣਾ ਲਿਆ ਸੀਗਾ। ਇਹਨੇ ਕਾਫੀ ਵਾਰਦਾਤਾਂ 7-8 ਪਰਚੇ ਪਹਿਲੇ ਇਹਦੇ 'ਤੇ ਦਰਜ ਹੈਗੇ, 379 ਖੋਹ ਦੇ, ਫਿਰ ਡਕੈਤੀ ਦਾ ਵੀ ਇੱਕ ਪਰਚਾ ਇਹਦੇ 'ਤੇ ਦਰਜ ਹੈਗਾ ਔਰ ਰੈਨਸਮ ਵਗੈਰਾ ਵੀ ਇਹ ਡਿਮਾਂਡ ਕਰਨ ਲੱਗ ਪਿਆ ਸੀ ਔਫ ਲੇਟ। ਪਿੱਛੇ ਢੋਟੀਆਂ ਪਿੰਡ 'ਚ ਇੱਕ ਡਕੈਤੀ ਕਰਨ ਗਏ ਸੀ ਇਹ, ਉੱਥੇ ਜਦੋਂ ਮੌਕੇ 'ਤੇ ਪੁਲਿਸ ਪਹੁੰਚ ਗਈ ਤਾਂ ਭੱਜਦੇ ਹੋਏ ਇਹਨਾਂ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਤੀ ਸੀਗੀ। ਉਹ ਰੋਬਰੀ ਤਾਂ ਬਚ ਗਈ, ਲੇਕਿਨ ਸਾਡੇ ਉਹਦੇ 'ਚ ASI ਬਲਵਿੰਦਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ, ਜਿਹਦਾ 3-4 ਮਹੀਨੇ ਜੇਲ ਇਲਾਜ ਰਿਹਾ। ਹੋਸਪਿਟਲ 'ਚ ਤਿੰਨ ਚਾਰ ਸਰਜਰੀਜ਼ ਹੋਈਆਂ ਸੀ, ਉਸ ਤੋਂ ਬਾਅਦ ਉਹਨੇ ਵੀ ਮੈਡੀਕਲ ਰੈਸਟ 'ਤੇ ਆ। ਉਦੋਂ ਤੋਂ ਹੀ ਅਸੀਂ ਇਹਦੇ ਪਿੱਛੇ ਲੱਗੇ ਹੋਏ ਸੀ, ਤਾਂ ਕੱਲ੍ਹ ਇਨਫੋਰਮੇਸ਼ਨ ਸੀਗੀ ਬੜੀ ਕਿ ਉਹ ਇਹ ਕਿਤੇ ਏਰੀਏ 'ਚ ਆਏਗਾ, ਉੱਧਰ ਝਬਾਲ ਦੇ ਏਰੀਏ 'ਚ, ਤਾਂ ਨਾਕਾਬੰਦੀ ਸਾਰੇ ਡਿਸਟ੍ਰਿਕਟ 'ਚ ਹੀ ਸੀਗੀ। ਤਾਂ ਜਦੋਂ ਇਹਨੂੰ ਸਪੋਟ ਕਰ ਲਿਆ CIA ਦੀ ਟੀਮ ਨਾਲ, ਤਾਂ ਇਹਨਾਂ ਨੇ ਦੇਖ ਕੇ CIA ਦੀ ਟੀਮ ਨੂੰ ਮੋਟਰਸਾਈਕਲ ਭਜਾ ਲਿਆ। ਤਿੰਨ ਕਰੀਬ 2-3 ਕਿਲੋਮੀਟਰ ਪਿੱਛਾ ਕਰਨ ਤੋਂ ਬਾਅਦ ਇਹਨੇ ਫਾਇਰਿੰਗ ਸ਼ੁਰੂ ਕਰਤੀ। ਫਾਇਰਿੰਗ ਜਦੋਂ ਕੀਤੀ, ਜਵਾਬੀ ਫਾਇਰਿੰਗ ਜਦੋਂ CIA ਵੱਲੋਂ ਹੋਈ, ਉਹਦੇ 'ਚ ਇਹਦੇ 2 ਬੁਲੇਟਸ ਜਿਹੜੀਆਂ ਹਿੱਟ ਕੀਤੀਆਂ, ਜੋ ਇਹਨੂੰ ਹੋਸਪਿਟਲ 'ਚ ਜੇਰੇ ਇਲਾਜ ਹੈਗਾ। ਸਰ, ਜੇ ਗੱਲ ਕੀਤੀ ਜਾਵੇ ਤਾਂ ਇਸ ਦੇ ਨਾਲ ਜਿਹੜਾ ਇੱਕ ਹੋਰ ਸਾਥੀ ਸੀ, ਉਹ ਵੀ ਕੋਈ ਇਸ ਤਰੀਕੇ ਦੀਆਂ ਗਤੀਵਿਧੀਆਂ ਦੇ ਵਿੱਚ ਮੌਜੂਦ ਸੀ ਜਿਹੜਾ ਇਸ ਦੇ ਨਾਲ ਰਾਜੂ ਦੇ ਨਾਲ ਜਿਹੜਾ ਆਇਆ? ਉਹਦੀ ਪਰਮਿੰਦਰ ਏਲੀਅਸ ਪ੍ਰਿੰਸ ਹੈਗਾ, ਤੇ ਉਹਦਾ ਇੱਕ ਬ੍ਰਦਰ ਹੈਗਾ ਪੀਟਰ ਕਰਕੇ, ਉਹ ਇਹਨਾਂ ਦੇ ਗੈਂਗਸਟਰਾਂ ਦੇ ਦੂਜੇ ਜਿਹੜੇ ਸਰਕਲ 'ਚ ਕਾਫੀ ਮਸ਼ਹੂਰ ਆ, ਉਹ 18-18 ਪ੍ਰੋਵਾਈਡ ਕਰਦਾ। ਤਾਂ ਜੋ ਹੁਣ ਸਾਨੂੰ ਲੱਗ ਰਿਹਾ ਕਿ ਇਹ ਸ਼ਾਇਦ ਇਹਨੇ ਕਿਤੇ ਰੁਕਣਾ ਸੀਗਾ ਉਸ ਏਰੀਏ 'ਚ ਆ ਕੇ, ਜਿੱਥੇ ਝਬਾਲ ਦੇ ਏਰੀਏ 'ਚ ਕੋਈ ਠਾਰ ਲੈਣੀ ਸੀ, ਕਿਉਂਕਿ ਇਹਦੇ 'ਤੇ ਪ੍ਰੈਸ਼ਰ ਬਣਾਇਆ ਹੋਇਆ ਸੀ ਅਸੀਂ। ਤਾਂ ਉਹਨੇ ਆਪਣੇ ਭਰਾ ਨੂੰ ਭੇਜਿਆ ਸੀਗਾ ਇਹਨੂੰ ਕਿਤੇ ਠਾਰ ਦਵਾਉਣ ਵਾਸਤੇ। ਬਾਕੀ ਅਸੀਂ ਜਦੋਂ ਇਨਵੈਸਟੀਗੇਟ ਕਰਾਂਗੇ ਸਾਰੀ ਗੱਲ ਕਲੀਅਰ ਹੋ ਜਾਏਗੀ। ਸਰ, ਜੇ ਗੱਲ ਕੀਤੀ ਜਿਹੜਾ ਰਾਜੂ ਸ਼ੂਟਰ ਹੈ, ਕਈ ਚਿਰ ਤੋਂ ਜਿਹੜਾ ਪੁਲਿਸ ਨੂੰ ਲਲਕਾਰਦਾ ਵੀ ਨਜ਼ਰ ਆ ਰਿਹਾ ਸੀ, ਕਈ ਇਸਨੇ ਪੋਸਟਾਂ ਇਹੋ ਜਿਹੀਆਂ ਪਾਈਆਂ ਕਿ ਮੇਰਾ ਕੁਛ ਨਹੀਂ ਕਰ ਸਕਦੇ ਔਰ ਕੁਛ ਨਹੀਂ, ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ਾਂ ਨੂੰ ਕਿ ਸੋਸ਼ਲ ਮੀਡੀਆ 'ਤੇ ਲਲਕਾਰਨ ਤੋਂ ਬਾਅਦ ਕਈ ਫੋਟੋਜ਼ ਵੀ ਇਸਨੇ ਅਪਲੋਡ ਕੀਤੀਆਂ ਹੋਈਆਂ? ਦੇਖੋ, ਉਸ 'ਚ ਲਲਕਾਰਨ ਜਾਂ ਕੁਛ ਵੀ ਹੈ, ਕ੍ਰਾਈਮ ਜਿਹੜਾ ਹੁੰਦਾ ਹੈ ਉਹਨੂੰ ਡਿਟੈਕਟ ਕਰਨਾ ਜਾਂ ਐਪਰੀਹੈਂਡ ਕਰਨਾ, ਅਕਿਊਜ਼ ਹੋਏ, ਸਾਡੀ ਪ੍ਰਾਈਮ ਡਿਊਟੀ ਹੈ। ਤਾਂ ਅਸੀਂ ਇਹੋ ਜਿਹੀ ਜਿਹੜੀ ਹੈ ਕੋਈ ਲਲਕਾਰੇ ਜਾਂ ਉਸ 'ਚ ਨਹੀਂ ਆਉਂਦੇ, ਅਸੀਂ ਆਪਦੀ ਡਿਊਟੀ ਕਰਦੇ ਹਾਂ ਔਰ ਉਸਨੂੰ ਅਸੀਂ ਉਸੇ ਲੜੀ ਦੇ ਵਿੱਚ ਇਹਦੇ 'ਚ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਟਾਈਮ ਟੂ ਟਾਈਮ ਆਉਂਦੀ ਰਹੀ, ਉਹ ਅਸੀਂ ਡਿਵੈਲਪ ਕਰਦੇ ਰਹੇ ਔਰ ਅਸੀਂ ਇਹਦੇ ਤੱਕ ਪਹੁੰਚਣ 'ਚ ਕਾਮਯਾਬ ਹੋ ਗਏ। ਸਰ, ਜੇ ਗੱਲ ਕੀਤੀ ਜਾਵੇ ਵੈਪਨ ਜਿਹੜੇ ਕਿੰਨੇ ਬਰਾਮਦ ਹੋਏ ਨੇ, ਕਿ ਉਹ ਹੈਗੇ ਸੀ, ਕੋਈ ਪਤਾ ਲੱਗਾ ਜਾਂ ਕੋਈ ਨਜਾਇਜ਼ ਵੈਪਨ ਹਥਿਆਰ ਰੱਖੀ ਫਿਰਦਾ ਸੀ ਨਾਲ? ਉਹ ਹੁਣ ਵੈਰੀਫਾਈ ਕਰਾਂਗੇ ਜੀ। 2 ਵੈਪਨਸ ਸੀਗੇ ਇਹਦੇ ਕੋਲ, ਇੱਕ 30 ਬੋਰ ਦਾ ਪਿਸਟਲ ਹੈ ਅਤੇ ਇੱਕ ਹੋਰ ਵੈਪਨ ਹੈਗਾ ਔਰ ਦੋਨੋਂ ਆਟੋਮੈਟਿਕ ਵੈਪਨ ਸੀਗੇ। ਦੇਖਦੇ ਹਾਂ ਜੀ ਕੀ ਉਹਦੇ 'ਚ। ਸਰ, ਇੱਕ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਲਗਾਤਾਰ ਤੁਸੀਂ ਆਪਾਂ ਦੇਖਦੇ ਹਾਂ ਕਿ ਇਹ ਚੀਜ਼ਾਂ ਵੱਲ ਲੋਕ ਜ਼ਿਆਦਾ ਅਟਰੈਕਟ ਹੁੰਦੇ ਨੇ ਕਿਤੋਂ ਨਾ ਕਿਤੇ, ਜਾਂ ਆਪਾਂ ਕਹਿ ਲਈਏ ਸੋਸ਼ਲ ਮੀਡੀਆ ਤੋਂ ਵੀ ਜ਼ਿਆਦਾ ਅਟਰੈਕਟ ਹੁੰਦੇ ਨੇ, ਕੀ ਕਹਿਣਾ ਚਾਹੁੰਦੇ ਹੋ ਯੂਥ ਨੂੰ, ਕਿਉਂਕਿ ਤਰਨ ਤਰਨ ਦੇ ਔਰ ਖਾਸ ਕਰਕੇ ਤਰਨ ਤਰਨ ਦੇ ਯੂਥ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ? ਮੈਂ ਪਹਿਲੇ ਵੀ ਜਿਹੜੀਆਂ ਮੇਰੀਆਂ ਵਿਲੇਜ ਮੀਟਿੰਗਸ ਵਗੈਰਾ ਮੈਂ ਕਰਦਾ ਜਾਂ ਜਿੱਥੇ ਵੀ ਜਾਂਦਾ, ਕੋਈ ਕਾਲਜ ਦੇ ਫੰਕਸ਼ਨ 'ਚ ਜਾਂ ਸਕੂਲ ਦੇ ਫੰਕਸ਼ਨ 'ਚ ਜਾਂ ਜਿਹੜੇ ਵੀ ਅਸੀਂ ਕਰਾਏ, ਉਹਦੇ 'ਚ ਮੇਰਾ ਇਹੀ ਸੁਨੇਹਾ ਰਹਿੰਦਾ ਕਿ ਆਪਾਂ ਡਰੱਗਸ ਤੋਂ, ਇਹ ਜਦੋਂ ਆਪਾਂ ਡਰੱਗਸ ਵਾਲੇ ਪਾਸੇ ਪੈਂਦੇ ਪ੍ਰਾਈਮ ਇਸ਼ੂ ਉਹੀ ਹੈ,
ਡਰੱਗਸ ਤੋਂ ਹੀ ਸਾਰਾ ਜਿਹੜਾ ਆਫ ਸ਼ੂਟ ਹੁੰਦਾ, ਜਦੋਂ ਉਹਦੀ ਨਸ਼ੇ ਦੀ ਪੂਰਤੀ ਵਾਸਤੇ ਆਪਾਂ ਫਿਰ ਕ੍ਰਾਈਮ ਵਰਲਡ 'ਚ ਚਲੇ ਜਾਂਦੇ ਹਾਂ। ਜੇ ਆਪਾਂ ਨਸ਼ਿਆਂ ਤੋਂ ਦੂਰ ਰਹਾਂਗੇ, ਪੜ੍ਹਾਈ 'ਚ ਪੜ੍ਹਾਈ ਕਰਾਂਗੇ ਔਰ ਕੋਈ ਕੰਮ ਕਾਰ ਪਾਸ ਲੱਗਾਂਗੇ ਜਾਂ ਚੰਗੇ ਕੰਮ ਪਾਸੇ ਲੱਗ ਜਾਂਗੇ ਤਾਂ ਇਸ ਚੀਜ਼ਾਂ ਤੋਂ ਦੂਰ ਰਹਾਂਗੇ। ਉਹ ਨਸ਼ੇ ਦੀ ਲੱਤ ਹੀ ਜਿਹੜੀ ਹੈ ਉਹ ਜ਼ਿਆਦਾਤਰ ਜਿਹੜੀ ਕ੍ਰਾਈਮ 'ਚ ਲੈ ਜਾਂਦੀ ਹੈ। ਬਟ ਕਈ ਲੋਕ ਸਿੱਧਾ ਹੀ ਕ੍ਰਾਈਮ 'ਚ ਚਲੇ ਜਾਂਦੇ ਆ, ਸਕੂਲ ਡਰੋਪ ਆਊਟ ਹੋ ਗਏ, ਫਿਰ ਕ੍ਰਾਈਮ ਵਾਲੇ ਪਾਸੇ ਰੁਝਾਨ ਹੋ ਗਿਆ, ਜਾਂ ਉਹ ਹੁਣ ਤਾਂ ਕਾਫੀ ਰੁਝਾਨ ਘਟਿਆ। ਪਹਿਲੇ ਇੱਕ ਟਾਈਮ ਸੀਗਾ ਜਦੋਂ ਗੈਂਗਸਟਰ ਵਗੈਰਾ ਕਾਫੀ ਪਾਪੂਲਰ ਸੀਗੇ ਸੋਸ਼ਲ ਮੀਡੀਆ ਦੇ ਉੱਤੇ, ਤਾਂ ਕਾਫੀ ਲੋਕ ਜੁਆਇਨ ਕਰਦੇ, ਬਟ ਹੁਣ ਕਾਫੀ ਰੁਝਾਨ ਘੱਟ ਗਿਆ। ਔਰ ਜਿਹੜੀ ਇਹਨਾਂ ਦੀ ਧਰ ਪਕੜ ਚੱਲ ਰਹੀ ਹੈ ਪਿਛਲੇ ਕੁਛ ਦਿਨਾਂ ਤੋਂ ਹੋਇਆ, ਤਾਂ ਮੈਨੂੰ ਲੱਗਦਾ ਕਾਫੀ ਡੈਟਰੈਂਟ ਫੈਕਟਰ ਇਹ ਰਹੇਗਾ ਇਹਨਾਂ ਦੇ ਮਨ 'ਚ। ਹੁਣ ਕੋਈ ਵੀ ਇਹੋ ਜਿਹਾ ਕੰਮ ਕਾਨੂੰਨ ਦੇ ਖਿਲਾਫ਼ ਕਰਨ ਤੋਂ ਪਹਿਲੇ ਡਰਨਗੇ। ਧੰਨਵਾਦ ਇਹ ਸਨ SSP ਤਰਨਤਾਰਨ। ਔਰ ਇਹਨਾਂ ਵੱਲੋਂ ਕਿਹਾ ਗਿਆ ਕਿ ਰਾਜੂ ਸ਼ੂਟਰ ਨੂੰ ਜਿਹੜਾ ਫੜਿਆ ਗਿਆ, ਉਸ ਦੇ ਨਾਲ ਇੱਕ ਸਾਥੀ ਨੂੰ ਵੀ ਫੜਿਆ ਗਿਆ ਜਿਸ ਨੂੰ PGI ਦੇ ਵਿੱਚ ਰੈਫਰ ਕਰ ਦਿੱਤਾ ਗਿਆ, ਔਰ ਦੂਸਰੇ ਦੀ ਜਿਹੜੀ ਆ ਪੁੱਛਗਿੱਛ ਚੱਲ ਰਹੀ ਆ। ਤਰਨਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।